ਜੀ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਆ ਹਾਲ ਚਾਲ ਜੀ ਸਾਰਿਆਂ ਦਾ। ਟੈਂਕੀ ਕਰਨ ਲੱਗੇ ਫੁੱਲ, ਟੈਂਕੀ ਕਰਨ ਲੱਗੇ ਫੁੱਲ, ਬੈਲਟਾਂ ਭੁੱਲ ਚੁੱਕੇ ਸੀ ਕਹਿੰਦੇ ਸਾਰੇ ਜਣੇ। ਆ ਮੁੰਡੇ ਦੇ ਘਰਾਂ ਜਿੰਨੀਆਂ ਬੈਲਟਾਂ ਸੀ ਸਾਰੀਆਂ ਚੱਕ ਲਿਆ। ਬਈ ਆ ਗਏ ਆਪਾਂ ਢਾਬੇ ਤੇ ਪਹੁੰਚ ਗਏ। ਆ ਪੁੱਤਰ ਆ ਜੋਤ ਢਾਬੇ ਦੇ ਖੜ ਰੋਟੀ ਅੱਜ ਰੋਟੀਆਂ ਦੋ ਲੀਟਰ ਭੇਜਦੇ, ਹੋਰ ਕੋਈ ਚੱਕਰ ਨਹੀਂ, ਬਾਕੀ ਸਭ ਠੀਕ ਹੈ। ਰੋਟੀ ਜਲੰਧਰ ਪਹੁੰਚ ਚੁੱਕੇ ਆ, 3 ਵੱਜ ਗਏ ਆ, ਚੱਲਦੇ ਸੀ ਚੱਲਦੇ ਆ, ਹੁਣ ਰੂਮ ਲੱਭਦੇ ਫਿਰ ਰਹੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਆ ਹਾਲ ਚਾਲ ਜੀ ਸਾਰਿਆਂ ਦਾ, ਉਮੀਦ ਕਰਦੇ ਸਾਰੇ ਵਧੀਆ ਹੋਣਗੇ। ਅੱਜ ਅਸੀਂ ਚੱਲੇ ਹਾਂ ਜੀ ਘੁੰਮਣ ਜਲੰਧਰ, ਸਾਡੇ ਯਾਰ ਦੋਸਤ ਕੁਛ ਕੱਪਰ ਹੈ ਆ ਗਏ ਆ, ਅਤੇ ਅੱਧੇ ਕੁ ਬੰਦੇ ਆ ਜੀ ਅੱਗੇ ਚੱਕਣੇ ਦੋ ਮੁੰਡੇ ਸਾਡੇ ਨਾਲ ਬੈਠ ਕੇ, ਪ੍ਰੀਤ ਬਟਾਲੀ ਜੋਤ ਬਟਾਲੀ ਜੀ ਹਾਲ ਹੈ ਜੀ, ਦੋ ਮੁੰਡੇ ਆਪਾਂ ਨੇ ਅੱਗੇ ਚੱਕਣੇ ਆ, ਚਲੋ ਮਿਲਦੇ ਅੱਗੇ। ਹਾਂਜੀ ਆ ਚੁੱਕੇ ਆ ਜੀ ਦੋ ਬੰਦੇ, ਹੋਰ ਟੱਕਰ ਕੇ ਟੈਟੂ ਵਾਲਾ ਮੁੰਡਾ ਬੈਲਟਾਂ ਭੁੱਲ ਚੁੱਕੇ ਸੀ ਕਹਿੰਦੇ ਸਾਰੇ ਜਣੇ। ਆ ਮੁੰਡੇ ਦੇ ਘਰਾਂ ਜਿੰਨੀਆਂ ਬੈਲਟਾਂ ਸੀ ਸਾਰੀਆਂ ਚੱਕ ਲਿਆ, ਤੇ ਸਰ ਜੂਗਾ ਸਾਰਿਆਂ ਦਾ, ਬਾਕੀ ਸਾਰੀਆਂ ਚੀਜ਼ਾਂ ਲੈ ਲਈਆਂ, ਕੱਲੀਆਂ ਬੈਲਟਾਂ ਭੁੱਲ ਗਏ ਸੀ। ਆ ਚੱਕ ਲਿਆ ਮੁੰਡੇ ਨੇ ਘਰਾਂ, ਕਿੰਨੀਆਂ ਬੈਲਟਾਂ ਹੋਈ, ਦੋ ਬੈਲਟਾਂ ਇੱਥੇ ਪਈਆਂ, ਇੱਕ ਬੈਲਟ ਹੋ ਗਈ, ਚਾਰ ਬੈਲਟਾਂ ਹੋ ਗਈਆਂ, ਚਲ ਕੋਈ ਨਹੀਂ ਕਰ ਜੂਗਾ। ਆ ਗਏ ਢਾਬੇ ਤੇ, ਹੁਣ ਖਾਈਏ ਕੁਛ, ਟਾਈਮ ਵੱਜ ਚੁੱਕਿਆ ਜੀ 11 ਵਜੇ, ਲਾ ਦਈਏ ਸਾਈਡ ਨੂੰ ਕਰਕੇ ਲਾਲ ਢਾਬਾ। ਬਈ ਆ ਗਏ ਆਪਾਂ ਢਾਬੇ ਤੇ ਪਹੁੰਚ ਗਏ। ਆ ਪੁੱਤਰ ਆ ਜੋਤ ਬਾਈ ਬਾਈ ਆ ਗਏ ਚਲੋ ਚਲੋ, ਲਾਲ ਦਾ ਢਾਬਾ ਹੈ ਪੁੱਤਰ, ਠੀਕ ਹੈ ਚੱਲ ਚੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੇ ਤੇ ਅਸੀਂ ਹੁਣ ਕੱਲ ਨੂੰ ਆਪਣੇ ਜਿਹੜੇ ਸਾਡੇ ਘਰ ਦੇ ਕੱਢੇ ਹੋਏ ਸੀ ਉਹਨਾਂ ਦੇ ਪੈਰ ਮੱਥਾ ਟੇਕ ਕੇ ਅਸੀਂ ਆਪਣੇ ਘਰਾਂ ਫੜਾ ਗਏ, ਤਾਂ ਜੋ ਅਸੀਂ ਘਰ ਦੀ ਰੋਟੀ ਖਾ ਸਕੀਏ। ਨਹੀਂ ਹੈ ਨਾ ਵਰਗੇ ਭੁੱਖੇ ਮਰ ਜਾਂਦੇ ਬਾਹਰ, ਇਹ ਗਰੀਬ ਬੰਦੇ ਨੂੰ ਪ੍ਰੋਬਲਮ ਪੈਂਦਾ ਹੈ, ਰੋਟੀ ਦੱਸੋ ਜੀ ਕਿੱਦਾਂ ਲੱਗੀ ਰੋਟੀ, ਵਧੀਆ ਰੋਟੀ ਰੋਟੀ ਬਣ ਰਹੀ ਹੈ, ਚਮਚੇ ਦੇ ਬਾਈ, ਚਮਚੇ ਦੇ ਕੇ ਗਏ ਬਾਈ, ਚਮਚਾ ਆ ਦੇਖੋ ਜੀ ਆਪਾਂ, ਆ ਸਾਡੇ ਵਲੌਗਰ ਸਾਹਿਬ ਹੈ ਜੀ, ਅਤੇ ਆਪਾਂ ਲੰਗਰ ਛੱਕ ਕੇ ਰੋਟੀਆਂ ਛੱਕ ਕੇ ਆਪਾਂ ਹੁਣ ਸਿੱਧਾ ਦੇਖੋ ਜੀ ਰੋਡ ਜਾਂਦਾ
ਜਲੰਧਰ ਨੂੰ ਰਵਾਨਾ ਹੋਣ ਲੱਗੇ ਜੀ। ਤੇ ਉਹ ਸਾਡੇ ਡਰਾਈਵਰ ਸਾਹਿਬ ਜੀ ਦੇਖੋ ਇਹ ਹੱਥ ਦੇ ਵਿੱਚ ਸੌਂਫ ਦੀ ਡੱਬੀ ਲਈ ਜਾਂਦੇ ਆ ਜੀ, ਐਪੀਆਂ ਚੱਕੀਆਂ ਹੋਈਆਂ ਜਿਹਨਾਂ ਨੇ। ਇਹ ਬੰਦਾ ਪੈਸੇ ਨਹੀਂ ਦੇ ਗਿਆ ਇਹ, ਆਹ ਦੇਖੋ ਆਹ ਮੇਰੇ ਜੋਗੀ ਤੇ ਆਹ ਵੀ ਆਵੇ ਪੀ ਗਿਆ ਇਹ। ਹਾਂ ਆਹ ਮੁੰਡਾ ਸਾਡਾ ਬਹੁਤ ਖਾਸ ਧਿਆਨ ਰੱਖਦਾ। ਹੁਣ ਦੱਸ ਥੋੜੀ ਦੇਰ ਬਾਅਦ ਤਿੰਨ ਵੱਜ ਗਏ ਆ, ਚੱਲਦੇ ਲੱਭਦੇ ਫਿਰ ਰਹੇ ਆ, ਕੁਛ ਦਿੱਕਤਾਂ ਤਾਂ ਹੈ ਨੀ, ਬਸ ਕੁੱਤੇ ਹੀ ਭੌਂਕ ਰਹੇ ਆ। ਪੰਜ ਜਣੇ ਇੱਕੇ ਬੈਡ ਦੇ ਐਡਜਸਟ ਹੋਣਗੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਨਵੇਂ ਸਵੇਰੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਹ ਤੁਸੀਂ ਦੇਖ ਸਕਦੇ ਹੋ ਉਹ ਸਾਡੇ ਜਿਹੜੇ ਫੇਮਸ ਤੁਹਾਡੇ ਕੈਮਰਾਮੈਨ ਹੈ, ਸਾਡੇ ਡਰਾਈਵਰ ਸਾਹਿਬ ਵੀ ਰਹੇ ਹੈ ਉਹ ਸਾਬਕਾ। ਉਹ ਦੇਖੋ ਹੁਣ ਪੱਗ ਬੰਨਣ ਲੱਗੇ ਹਾਂ ਅਤੇ ਬਹੁਤ ਸੋਹਣਾ ਮੁੰਡਿਆਂ ਨੇ ਬੇਸ ਜਾਇਆ। ਅਤੇ ਮੇਰਾ ਵੀਰ ਮਾੜਾ ਜਿਹਾ ਯਾਰ ਸ਼ਰਟ ਦਿਖਾ ਦੇ ਆਪਣੀ, ਕਿੱਦੀ ਫੋਟੋ ਲੱਗੀ ਹੈ ਸਾਹਮਣੇ, ਭਗਤ ਸਿੰਘ ਦੀ ਫੋਟੋ ਲੱਗੀ ਇਹ 'ਚ? ਨਹੀਂ, ਨਿਰਵੈਰ ਬੰਨੂ ਦੀ ਫੋਟੋ ਆ। ਓ ਮਾਈ ਗੋਡ ਕਿੰਨੀ ਸੋਹਣੀ ਲੱਗਦੀ ਹੈ, ਦੇਖੋ ਕਰ ਲਓ ਪੁੱਤਰ। ਇਹ ਪੱਗ ਬੰਨਣ ਲੱਗੇ ਜੀ ਮੁੰਡੇ, ਆ ਦੇਖੋ ਇੱਧਰ ਗਾਣਾ ਚੱਲਦਾ ਨਿੰਮੋ, ਹੋਰ ਮੈਂ ਤੁਹਾਨੂੰ ਨਿੰਮੋ ਚੱਲਣ ਲਈ, ਆ ਦੇਖੋ ਇਹ ਮੁੰਡਾ ਸਾਡਾ, ਦੇਖੋ ਕਿੰਨਾ ਸੋਹਣਾ ਰੂਮ ਲਿਆ ਸੀ, ਹੈਗਾ ਬਹੁਤ ਮਹਿੰਗਾ, 4000 ਦਾ ਪਿਆ ਸਾਨੂੰ, ਪਰ ਕੋਈ ਨਹੀਂ ਸਾਰਨਾ ਪੈਂਦਾ ਜਦੋਂ ਬਾਹਰ ਆਉਂਦੇ। ਹੋਰ ਇਹ ਹੌਲੀ ਹੌਲੀ ਤਿਆਰ, ਬਟਾਲੀ ਵੀ ਨਹਾ ਚੁੱਕਿਆ ਹੈ, ਮਾੜਾ ਜਿਹਾ ਘਰਾਂ ਦੇ ਫੋਨ ਆ ਰਹੇ ਆ, ਟੀਵੀ ਚੱਲ ਰਿਹਾ ਜੀ, ਬਸ ਠੀਕ ਹੈ। ਕਿੱਧਰ ਤਿਆਰੀ ਮੁੰਡਿਆਂ ਦੀ, ਤਿਆਰ ਹੋ ਰਿਹਾ ਹੁਣ ਜਾਣਾ ਘੁੰਮਣ, ਪੱਗ ਦੀ ਪੂਣੀਆਂ ਹੋ ਰਹੀਆਂ ਏ, ਹੁਣੇ ਚੱਲ ਰਹੇ, ਹੁਣ ਜਾਊਂਗੇ ਜੀ ਤੁਹਾਨੂੰ ਦਿਖਾਉਂਗੇ ਜਲੰਧਰ ਦੀ ਵਧੀਆ ਵਧੀਆ ਚੀਜ਼ਾਂ। ਹੋ ਗਏ ਮੁੰਡੇ ਤਿਆਰ, ਚੱਲੀਏ ਨਿਕਲੀਏ ਹੁਣ ਬਾਹਰ, ਚੱਲੀਏ ਘੁੰਮਣ, ਇੱਕ ਮੁੰਡਾ ਰਹਿ ਗਿਆ ਬਾਕੀ ਹੋ ਗਏ ਸਾਰੇ ਤਿਆਰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਨਵੇਂ ਸਵੇਰੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੁਣ ਅਸੀਂ ਜਾਮ ਦੇ ਵਿੱਚ ਖੜੇ ਹਾਂ ਤੇ ਜਾਮ ਸਾਹਮਣੇ ਇੰਨਾ ਕੁ ਲੱਗਿਆ ਹੋਇਆ, ਆ ਇੱਕ ਸਾਡਾ ਮੁੰਡਾ ਬਹੁਤ ਦੁਖੀ ਹੈ ਜਾਮ ਤੋਂ, ਤੇ ਕਿਰਪਾ ਕਰਕੇ ਸਾਰੇ ਜਾਣੇ ਜਲੰਧਰ ਵਾਲੇ ਨੂੰ ਬੇਨਤੀ ਕਰੋ ਕਿ ਜਾਮ ਖੁਲਵਾਉਣ ਦੀ ਕਿਰਪਾਲਤਾ ਕਰਿਆ ਕਰਨ, ਤਾਂ ਜੋ ਅਸੀਂ ਜਾਮ ਦੇ ਵਿੱਚ ਨਾ ਫਸ ਸਕੀਏ। ਚਲੋ ਚੰਗਾ ਜੀ, ਹੁਣ ਮਿਲਦੇ ਹਾਂ 10 ਮਿੰਟ ਬਾਅਦ। ਪੱਲੀ ਆ ਰੇ ਪੱਲੀ ਜੱਟ ਪਾਇਆ ਪੱਲੀ ਆ ਪੱਲੀ ਆ ਪੱਲੀ ਆ ਪੱਲੀ ਆ ਪੱਲੀ ਆ।
ਹਾਂਜੀ ਲਓ ਜੀ ਪਹੁੰਚ ਗਏ ਆਪਾਂ ਜਲੰਧਰ ਕੈਂਟ ਦੀ ਇੱਕ ਮਸ਼ਹੂਰ ਚੌਪ ਅੰਮ੍ਰਿਤ ਕੁਲਚਾ ਅੰਮ੍ਰਿਤਸਰੀਆ। ਇਹ ਬਹੁਤ ਮਸ਼ਹੂਰ ਹੈ ਜੀ, ਯੂਟਿਊਬ 'ਤੇ ਤੁਸੀਂ ਇਹਨਾਂ ਨੂੰ ਚੈੱਕ ਵੀ ਕਰ ਸਕਦੇ ਹੋ, ਬੈਸਟ ਕੁਲਚਾ ਅੰਮ੍ਰਿਤਸਰ ਆ ਭਰ ਕੇ। ਜਲੰਧਰ ਕੈਂਟ ਸ਼ੋਪ ਨੰਬਰ 30, ਸ਼ੋਪ ਨੰਬਰ 30 ਹੈ ਵੀਰੇ। ਇਹ ਬੈਠੇ ਨੇ ਮੇਰੇ ਵੀਰ ਸਾਰੇ, ਭੁੱਖੇ ਨੇ ਵਿਚਾਰੇ ਸਵੇਰ ਤੋਂ। ਸਾਡਾ ਵੀਰ ਤਰਨ ਤੀੜਾ ਅਤੇ ਸਾਡਾ ਇੰਦਰਜੀਤ ਭਰਾ ਪ੍ਰੀਤ ਵਡਾਲੀ ਅਤੇ ਸਾਡੇ ਡਰਾਈਵਰ ਸਾਹਿਬ। ਸੋ ਆਪਣੇ ਅੰਮ੍ਰਿਤਸਰੀ ਕੁਲਚੇ ਦੇਖੋ ਜੀ, ਆ ਚੁੱਕੇ ਹੈ ਜੀ ਪਲੇਟਾਂ ਵਿੱਚ ਸਾਜ ਸਾਜ ਕੇ। ਦੇਖੋ ਕਿੰਨੇ ਸੋਹਣੇ ਲੱਗ ਰਹੇ ਹੈ ਜੀ, ਇਹ ਖਾਣ ਨੂੰ ਵੀ ਉਨੇ ਸੋਹਣੇ ਉਨੇ ਜਿੰਨੇ ਦੇਖਣ ਨੂੰ ਲੱਗਦੇ ਆ। ਆਹ ਦੇਖੋ ਜੀ, ਆਹ ਮੁੰਡੇ ਨੇ ਟੇਸਟ। ਹਾਂਜੀ ਵੀਰੇ, ਕਿੱਦਾਂ ਲੱਗਿਆ ਤੁਹਾਨੂੰ ਖਾ ਕੇ? ਇੱਕ ਚਮਚਾ ਖਾਧਾ ਤੁਸੀਂ ਕਿੱਦਾਂ ਸਿਰਾ? ਇੱਕ ਆਹ ਮੁੰਡਾ ਜੀ, ਇਹ ਮੁੰਡਾ ਥੋੜ੍ਹਾ ਜਿਹਾ ਬੀਜੀ ਹਾਲੇ ਸਹੇਲੀ ਨਾਲ ਗੱਲ ਕਰਨ। ਚਲੋ ਇਹ ਸਾਡੇ ਵੀਰ ਬੈਠੇ ਨੇ। ਬਾਕੀ ਇਹ ਦਹੀਂ ਹੈ ਜੀ ਆਪਣਾ, ਦੇਖੋ ਇਹ ਕਿੰਨਾ ਸੋਹਣਾ ਦਹੀਂ ਹੈ, ਚਿੱਟਾ ਹੋਇਆ ਜੀ ਇਹਨਾਂ। ਅਤੇ ਹੁਣ ਮਿਲਦੇ ਹਾਂ ਜੀ ਤੁਹਾਨੂੰ, ਖਾਣ ਤੋਂ ਬਾਅਦ ਮਿਲਦੇ ਹਾਂ। ਉਹ ਤੋਂ ਬਾਅਦ ਆਪਾਂ ਫਿਰ ਦੇਖਾਂਗੇ ਜੀ ਹੋਰ ਕਿਤੇ ਚੱਲਾਂਗੇ ਜਲੰਧਰ 'ਚ ਘੁੰਮਣ। ਇਹ ਮੱਖਣ ਹੈ ਜੀ, ਮੱਖਣ ਇਹ ਬਹੁਤ ਸੋਹਣਾ ਮੱਖਣ ਹੁੰਦਾ ਵੀਰੇ, ਅਮੂਲ ਦਾ ਮੱਖਣ ਹੈ ਇਹ। ਅੱਜ ਦੱਸੋ ਮੇਰੇ ਕੋਲ ਵੀ ਪਿਆ। ਚਲੋ ਚੰਗਾ ਜੀ, ਫਿਰ ਮਿਲਦੇ ਹਾਂ। ਦੱਸੋ ਜੀ ਕਿਵੇਂ ਲੱਗੇ ਕੁਲਚੇ ਬਾਈ ਜੀ? ਇਹਦੇ ਇੱਕ ਬੰਦਾ ਮਰਿਆ, ਕੁਲਚਾ ਲੇਟ ਆਇਆ। ਹਾਂਜੀ ਬਾਈ ਕਿਵੇਂ ਲੱਗਿਆ? ਬਹੁਤ ਵਧੀਆ ਬਾਈ, ਬਹੁਤ। ਹਾਂਜੀ ਬਾਕੀ ਤੁਹਾਨੂੰ ਅਗਲੇ ਵਲੋਗ 'ਚ ਮਿਲਦੇ ਹਾਂ। ਅਗਲੇ ਵਲੋਗ 'ਚ ਤੁਹਾਨੂੰ ਦਿਖਾਉਂਦੇ ਜੀ ਬਾਕੀ ਚੀਜ਼ਾਂ।